ਸ਼ਰਮਾ ਮੁਕੇ ਜੀ ਅੱਛਾ ਤੋਂ ਮੈਂ ਅੱਜ ਲੈ ਕੇ ਹਾਜ਼ਰ ਹੋਇਆ ਹਾਂ ਤੁਹਾਡੇ ਸਾਹਮਣੇ ਆਮ ਜਾਣਕਾਰੀ ਦੇ ਕੁਝ ਪ੍ਰੈਸ਼ਨ ਜੋ ਕਿ ਤੁਹਾਡੇ ਗਿਆਨ ਵਿੱਚ ਵਾਧਾ ਕਰਨਗੇ ਜੋ ਕਿ ਪੰਜਾਬ ਰਾਜ ਜਾਂ ਇਸ ਤੋਂ ਬਾਹਰ ਕੋਈ ਵੀ ਤੁਸੀਂ ਐਗਜ਼ਾਮ ਦਿੰਦੇ ਹੋ ਤਾਂ ਉਹਦੇ ਵਿੱਚ ਜ਼ਰੂਰ ਇਹਨਾਂ ਚੋਂ ਕੋਈ ਨਾ ਕੋਈ ਪ੍ਰੈਸ਼ਨ ਜ਼ਰੂਰ ਤੁਹਾਡੇ ਪੰਜਾਬ ਪੁਲਿਸ ਦਾ ਹੋਵੇ ਚਾਹੇ ਉਹ ਕੋਈ ਵੀ ਕਲੈਰੀਕਲਸ ਹੋਵੇ ਇਹ ਜਨਰਲ ਨੋਲੇਜ ਦੇ ਵਿੱਚ ਇਹਨਾਂ ਚੋਂ ਕੋਈ ਨਾ ਕੋਈ ਕੁਐਸਚਨ ਜ਼ਰੂਰ ਆਏਗਾ ਤੇ ਤੁਹਾਡੀ ਗਿਆਨ ਵਿੱਚ ਵਾਧਾ ਕਰਨ ਲਈ ਤੁਸੀਂ ਇਸ ਵੀਡੀਓ ਦੇ ਨਾਲ ਬਨੇ ਰਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਸੋ ਸ਼ੁਰੂ ਕਰਦੇ ਹਾਂ 2010 ਦੀਆਂ ਕਾਮਨਵੈਲਥ ਕਿਟਾਂ ਕਿੱਥੇ ਹੋਈਆਂ 2010 ਦੀਆਂ ਕਾਮਨਵੈਲਥ ਕਿਟਾਂ ਦਿੱਲੀ 'ਚ ਹੋਈਆਂ ਸੀ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਕਿਹੜਾ ਹੈ ਸੁੰਦਰੀ ਤਾਂ ਤੀਜਾ ਪ੍ਰਸ਼ਨ ਹੈ ਖੇਤਰਫਲ ਦੇ ਆਧਾਰ 'ਤੇ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਖੇਤਰਫਲ ਦੇ ਆਧਾਰ 'ਤੇ ਸਭ ਤੋਂ ਵੱਡਾ ਦੇਸ਼ ਰੂਸ ਹੈ ਤਾਜ ਮਹਿਲ ਕਿਸ ਨਦੀ ਦੇ ਕਿਨਾਰੇ ਤੇ ਬਣਿਆ ਹੋਇਆ ਹੈ ਯਮੁਨਾ ਸੰਤਰੇ ਵਿੱਚ ਕਿਹੜਾ ਵਿਟਾਮਿਨ ਪਾਇਆ ਜਾਂਦਾ ਹੈ ਸੰਤਰੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਤੋਂ ਵੀਡੀਓ ਦੇ ਨਾਲ ਬਣੇ ਰਹੋ ਤੋਂ ਅੱਛੀ ਤਰ੍ਹਾਂ ਕੁਐਸਚਨ ਤੁਸੀਂ ਦੇਖ ਵੀ ਸਕਦੇ ਹੋ ਸਕਰੀਨ ਉੱਤੇ ਤੁਹਾਨੂੰ ਡਿਸਪਲੇ ਵੀ ਹੋ ਰਿਹਾ ਹੈ ਸੋ ਸੇਮ ਆਪਰੇਸ਼ਨ ਦੇਖਦੇ ਹਾਂ ਲਾਸਟ ਕੁਐਸਚਨ ਕਿਸ ਸਕੀਮ ਤਹਿਤ ਖੇਤੀ ਵਿਦਿੰਤਾ ਨੂੰ ਮੁੱਖ ਰੱਖਦੇ ਹੋਏ ਰਾਜ ਵਿੱਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਦਿੱਤੀ ਜਾਂਦੀ ਹੈ। ਤਾਂ ਇਹਦਾ ਆਨਸਰ ਹੈ ਸਬ ਮਸ਼ੀਨੀ ਔਨ ਐਗਰੀਕਲਚਰ ਮੈਕੈਨਿਜ਼ਮ ਸਮੈਕ ਸਕੀਮ ਇਸ ਦੇ ਤਹਿਤ ਜੋ ਹੈ ਸਬਸਿਡੀ ਦਿੱਤੀ ਜਾਂਦੀ ਹੈ। ਤੋਂ ਮੈਂ ਆਸ ਕਰਾਂਗਾ ਤੁਹਾਨੂੰ ਦਿੱਤੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੇਗੀ ਤੇ ਤੁਹਾਡੇ ਗਿਆਨ ਵਿੱਚ ਵਾਧਾ ਕਰੇਗੀ। ਵੀਡੀਓ ਨੂੰ ਸ਼ੇਅਰ ਕਰੀਏ ਚੈਨਲ ਸਬਸਕ੍ਰਾਈਬ ਧੰਨਵਾਦ।